ਸੋ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਰਾਹੀਂ ਇਹ ਅੱਥੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ। ਸੋ ਤਸਵੀਰਾਂ ਤੁਸੀਂ ਦੇਖੀਆਂ ਕਿ ਵਾਟਰ ਕੈਨਨ ਦੇ ਵਿੱਚ ਗੁਲਾਬੀ ਪਾਣੀ ਤੋਂ ਬਾਅਦ ਹੁਣ ਇੱਕ ਨਵਾਂ ਸ਼ੋਸ਼ਾ ਹਰਿਆਣਾ ਪੁਲਿਸ ਨੇ ਕੱਢਿਆ ਹੈ। ਡਰੋਨ ਕੈਮਰੇ ਰਾਹੀਂ ਅੱਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੂਰਾ ਸ਼ੰਭੂ ਬਾਰਡਰ ਉੱਤੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ। ਸੋ ਇਹ ਤਿਆਰੀ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਕਿ ਇਹ ਲੋਕਤੰਤਰਿਕ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਭਰੇ ਮਨ ਦੇ ਨਾਲ ਕਾਨੂੰਨ ਵਾਪਸ ਲਏ ਸੀਗੇ ਮੋਦੀ ਸਾਹਿਬ ਨੇ, ਅਤੇ ਅੱਜ ਉਹ ਮਨ ਕਿੰਨਾ ਕੁ ਭਰਿਆ ਸੀ ਨਜ਼ਰ ਆ ਰਿਹਾ ਕਿਉਂਕਿ ਡਰੋਨ ਕੈਮਰੇ ਰਾਹੀਂ ਅੱਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ। ਪ੍ਰੋਪਰ ਇੱਕ ਕਿੱਟ ਬੰਨੀ ਹੋਈ ਹੈ ਡਰੋਨ ਕੈਮਰੇ ਦੇ ਨਾਲ, ਜਿਹਦੇ ਵਿੱਚ ਇੱਕ ਨਹੀਂ ਕਈ ਗੋਲੇ ਜਿਹੜੇ ਬੰਨ ਕੇ ਇੱਧਰ ਭੇਜੇ ਜਾ ਰਹੇ ਨੇ, ਅਤੇ ਕੈਮਰੇ ਦੇ ਵਿੱਚ ਇੱਕ ਲੋਕੇਸ਼ਨ ਦੇਖ ਕੇ ਉਹਨਾਂ ਗੋਲਿਆਂ ਨੂੰ ਸਿੱਟਿਆ ਜਾ ਰਿਹਾ। ਸੋ ਸਰਕਾਰ ਕਿਸੇ ਵੀ ਅੰਦੋਲਨ ਨੂੰ, ਕਿਸੇ ਵੀ ਹੱਕੀ ਮੰਗ ਨੂੰ ਦਬਾਉਣ ਦੇ ਲਈ ਕੀ ਕੁਛ ਕਰ ਸਕਦੀ ਹੈ, ਇਹ ਉਸਦਾ ਸਿਰਾ ਹੈ। ਦੂਰ ਦੂਰ ਤੱਕ ਤੁਸੀਂ ਜਿੱਥੇ ਵੀ ਨਜ਼ਰ ਮਾਰੋਗੇ ਤੁਹਾਨੂੰ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ। ਇਸ ਵੇਲੇ ਅਸੀਂ ਘੱਗਰ ਦਰਿਆ ਦੇ ਬਿਲਕੁਲ ਨਜ਼ਦੀਕ ਸ਼ੰਭੂ ਬਾਰਡਰ 'ਤੇ ਖੜ੍ਹੇ ਹਾਂ। ਕੁਛ ਕਿਸਾਨ ਜਿਹੜੇ ਇਹ ਮੌਕਾ ਦੇਖਣ ਦੇ ਲਈ ਪਹੁੰਚੇ ਸੀਗੇ, ਅਤੇ ਜਦੋਂ ਉਹਨਾਂ 150 ਲੋਕਾਂ ਨੂੰ ਦੇਖਿਆ ਤਾਂ ਇੱਕ ਡਰੋਨ ਦੇ ਨਾਲ ਅੱਥਰੂ ਗੈਸ ਦੇ ਗੋਲੇ ਬੰਨ ਕੇ ਲੋਕਾਂ ਵੱਲ ਭੇਜੇ ਗਏ। ਕੈਮਰੇ 'ਚ ਲੋਕੇਸ਼ਨ ਬਕਾਇਦਾ ਦੇਖੀ ਗਈ, ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਉਹ ਗੋਲਾ ਸੁੱਟਿਆ ਗਿਆ। ਸੋ ਇਹ ਤਿਆਰੀ ਹੈ ਕਿਉਂਕਿ ਪਿਛਲੀਆਂ ਤਸਵੀਰਾਂ 'ਚ ਆਪਾਂ ਦੇਖਿਆ ਸੀ ਕਿ ਗੁਲਾਬੀ ਰੰਗ ਦਾ ਜਿਹੜਾ ਪਾਣੀ, ਖਾਸ ਕਰ ਜੋ ਕਿ ਸਕਿਨ ਦੇ ਉੱਤੇ ਕਾਫੀ ਰਿਐਕਸ਼ਨ ਕਰਦਾ ਹੈ, ਉਹਦੀ ਇੱਕ ਡੈਮੋ ਦਿੱਤੀ ਗਈ ਸੀਗੀ। ਤਾਂ ਉਸ ਪਾਣੀ ਤੋਂ ਬਾਅਦ ਇੱਕ ਨਵਾਂ ਸ਼ੋਸ਼ਾ ਡਰੋਨ ਕੈਮਰੇ ਦਾ। ਸੋ ਅੱਜ 12 ਫਰਵਰੀ ਹੈ, ਕੱਲ੍ਹ 13 ਫਰਵਰੀ, ਜਿਸ ਦਿਨ ਕਿ ਦਿੱਲੀ ਜਾਣ ਦਾ ਐਲਾਨ ਕਿਸਾਨਾਂ ਨੇ ਕੀਤਾ ਹੈ ਆਪਣੀ MSP ਦੇ ਲਈ, ਆਪਣੀਆਂ ਉਹਨਾਂ ਮੰਗਾਂ ਦੇ ਲਈ ਜਿਹਨਾਂ ਮੰਗਾਂ ਉੱਤੇ ਕਿਤੇ ਨਾ ਕਿਤੇ ਸਹਿਮਤੀ ਜਾਂ ਫਿਰ ਬੈਠ ਕੇ ਗੱਲ ਕਰਨ ਦੀ ਗੱਲ ਜਿਹੜੀ ਹੈ ਮੋਦੀ ਸਰਕਾਰ ਨੇ ਕੀਤੀ ਸੀ ਦਿੱਲੀ ਜਾਣ ਤੋਂ ਪਹਿਲਾਂ, ਕਿਉਂਕਿ ਚੋਣਾਂ ਵੀ ਸਿਰ 'ਤੇ ਨੇ। ਪਹਿਲਾਂ ਵੀ 2 ਸਾਲ ਦਾ ਸੰਘਰਸ਼ ਪੂਰੇ ਮੁਲਕ ਨੇ ਦੇਖਿਆ, ਤਾਂ ਇੱਕ ਭੱਜ ਨੱਠ ਵਾਲੀ ਵੀ ਸਥਿਤੀ ਪੈ ਗਈ ਸੀਗੀ ਕਿ ਪਹਿਲਾਂ ਲੱਗਾ ਕਿ ਡਰੋਨ ਰਾਹੀਂ ਕੋਈ ਤਸਵੀਰਾਂ ਲਈਆਂ ਜਾ ਰਹੀਆਂ ਹੋਣਗੀਆਂ, ਪਰ ਜਦੋਂ ਉਸ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸਿੱਟੇ ਗਏ ਤਾਂ ਪੂਰੀ ਭੱਜ ਨੱਠ ਵਾਲੀ ਸਥਿਤੀ ਬਣ ਗਈ। ਸੋ ਇਹ ਤਿਆਰੀ ਹੈ ਕਿਸਾਨਾਂ ਨੂੰ ਖਦੇੜਨ ਵਾਸਤੇ, ਕਿਸਾਨਾਂ ਨੂੰ ਸ਼ੰਭੂ ਟੱਪਣ ਨਹੀਂ ਦਿੱਤਾ ਜਾਣਾ, ਇਸ ਲਈ ਇੱਕ ਸਿਰੇ ਦੀ ਤਿਆਰੀ ਕੀਤੀ ਗਈ ਹੈ। ਹੋਰ ਕੀ ਤਸਵੀਰਾਂ ਨੇ, ਹੋਰ ਕੀ ਕੁਛ ਡੈਮੋ ਹੈ ਮੌਕ ਡਰਿਲ ਦੇ ਵਿੱਚ, ਹੋਰ ਕੀ ਕੁਛ ਦੇਖਣ 'ਚ ਨਜ਼ਰ ਆਉਂਦਾ ਹੈ, ਤੁਹਾਨੂੰ ਜ਼ਰੂਰ ਤਸਵੀਰਾਂ ਦਿਖਾਵਾਂਗੇ। ਫਿਲਹਾਲ ਦੇ ਲਈ ਦਿਨ ਵੀ ਡੁੱਬ ਰਿਹਾ, ਸੂਰਜ ਵੀ ਡੁੱਬ ਗਿਆ, ਤਾਂ ਸੂਰਜ ਦੇ ਡੁੱਬਣ ਦੇ ਨਾਲ ਇਹਨਾਂ ਦੀ ਮੌਕ ਡਰਿਲ ਦਾ ਸ਼ਾਇਦ ਇਹ ਲਾਸਟ ਇੱਕ ਸੈਂਪਲ ਸੀ ਜੋ ਕਿ ਅਸੀਂ ਦੇਖਿਆ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।